ਚਾਰਜ ਬੋਲ ਰਿਹਾ, SHO ਕਰਨ ਸਿੰਘ ਬੋਲ ਰਿਹਾ। ਹਾਂਜੀ ਹਾਂਜੀ, ਕਰਦੇ ਜੀ, ਕੀ ਹਾਲ ਚਾਲ ਆ? ਹਾਂਜੀ ਵਧੀਆ। ਮੈਂ ਕਹਿ ਰਿਹਾ ਜੀ, ਆਪਣੀ ਵੱਡੀ ਬੇਟੀ ਕਿੱਥੇ ਆ ਜੀ? ਹੈਲੋ ਜੀ, ਮੈਂ ਕਹਿ ਰਿਹਾ ਆਪਣੀ ਵੱਡੀ ਬੇਟੀ ਕਿੱਥੇ ਆ ਸਰ? ਘਰੇ ਹੀ ਆ ਜੀ। ਠੀਕ ਹੈ, ਗੱਲ ਹੋ ਸਕਦੀ ਹੈ ਬੇਟੀ ਨਾਲ ਆਪਣੇ ਨਾਲ? ਨਹੀਂ, ਉਹ ਪੜ੍ਹਾਉਣ ਗਈ ਆ, ਸਟੱਡੀ ਬਣਾਉਣ ਗਈ ਉਹ। ਠੀਕ ਹੈ, ਬੇਟੀ ਦਾ ਪੂਰਾ ਨਾਂ ਕੀ ਹੈ ਜੀ? ਤੁਸੀਂ ਕਿੱਥੋਂ ਬੋਲਦੇ ਹੋ? ਸਰ ਦੱਸ ਦਿੰਦੇ ਆ, ਦੱਸਾਂਗੇ ਤੁਹਾਨੂੰ, ਦੱਸਣ ਲਈ ਕਾਲ ਕੀਤੀ ਆ ASI ਸਾਹਿਬ। ਹਾਂਜੀ ਹਾਂਜੀ। ਹਾਂਜੀ, ਕਿੱਥੇ ਗਈ ਆ ਬੇਟੀ? ਪੂਰਾ ਨਾਂ ਕੀ ਆ ਬੇਟੀ ਦਾ? ਅਮਰੀਕ ਕੌਰ। ਅਮਰੀਕ ਕੌਰ। ਅਮਰੀਕ ਕੌਰ, ਠੀਕ ਹੈ। ਹੁਣ ਪਤਾ ਵਾ ਉਹਦੇ ਨਾਲ ਕੀ ਟ੍ਰੈਜਡੀ ਬਣੀ ਆ ਬੇਟੀ ਤੁਹਾਡੀ? ਅਸੀਂ ਅਰੈਸਟ ਕੀਤੀ ਹੋਈ ਆ ਸਰ, ਸਾਡੀ ਕਸਟਡੀ ਚ ਹੈਗੀ ਆ। ਓਕੇ ਓਕੇ ਓਕੇ, ਕੋਈ ਨਹੀਂ, ਆ ਕੇ ਲੈ ਜਾਂਦੇ ਆ। ਕਿੱਥੇ ਆ, ਕਿਹੜੀ ਆਪਣੇ ਥਾਣੇ ਚ? ਥਾਣਾ ਨੀ ਅਸੀਂ ਦੱਸ ਸਕਦੇ ਤੁਹਾਨੂੰ। ਅੱਛਾ, ਤੇ ਸਾਨੂੰ ਕੀ ਕਰਨਾ ਪਊ ਹੁਣ? ਫਾਈਨ ਜਮਾ ਕਰਨਾ ਪੈਣਾ ਤੁਹਾਨੂੰ ਜੀ। ਕਿੰਨਾ ਕਰਾਈਏ ਜੀ? 1,00,000 ਰੁਪਈਆ। ਅੱਛਾ, ਕਿਹੜੇ ਖਾਤੇ ਚ ਪਾਈਏ? ਖਾਤਾ ਦੇ ਦਾਂਗੇ ਜੀ, ਜੇ ਕੋਈ ਮੰਗੋਗੇ ਤੇ ਤੁਸੀਂ। ਹਾਂ, ਭੇਜੋ ਨਾ ਖਾਤਾ, ਭੇਜ ਪਾਵਾਂਗੇ। ਕੁੱਤੇ ਗੁੜੀਆ ਕਿੱਥੇ ਗੱਲ ਕਰਾਓਗੇ ਗੁੜੀਆ ਨਾਲ ਮੇਰੀ? ਇਸ ਟਾਈਮ ਗੱਲ ਕਰਾ ਦਿਆਂਗੇ ਜੀ, 15 ਮਿੰਟਾਂ ਤੱਕ। ਦੇਖੋ, ਗੱਲ ਕਰਾਓਗੇ ਫੇਰ ਹੀ ਪੈਸੇ ਪਾਵਾਂਗੇ ਨਾ। ਚਾਰਜ ਬੋਲ ਰਿਹਾ SHO ਕਰਨ ਸਿੰਘ ਬੋਲ ਰਿਹਾ। ਹਾਂਜੀ ਹਾਂਜੀ, ਕਰਦੇ ਜੀ, ਕੀ ਹਾਲ ਚਾਲ ਆ? ਹਾਂਜੀ ਵਧੀਆ। ਮੈਂ ਕਹਿ ਰਿਹਾ ਜੀ, ਆਪਣੀ ਵੱਡੀ ਬੇਟੀ ਕਿੱਥੇ ਆ ਜੀ? ਹੈਲੋ ਜੀ, ਮੈਂ ਕਹਿ ਰਿਹਾ ਆਪਣੀ ਵੱਡੀ ਬੇਟੀ ਕਿੱਥੇ ਆ ਸਰ? ਘਰੇ ਹੀ ਆ ਜੀ। ਠੀਕ ਹੈ, ਗੱਲ ਹੋ ਸਕਦੀ ਹੈ ਬੇਟੀ ਨਾਲ ਆਪਣੇ ਨਾਲ? ਨਹੀਂ, ਉਹ ਪੜ੍ਹਾਉਣ ਗਈ ਆ, ਸਟੱਡੀ ਬਣਾਉਣ ਗਈ ਉਹ। ਠੀਕ ਹੈ, ਬੇਟੀ ਦਾ ਪੂਰਾ ਨਾਂ ਕੀ ਹੈ ਜੀ? ਤੁਸੀਂ ਕਿੱਥੋਂ ਬੋਲਦੇ ਹੋ? ਸਰ ਦੱਸ ਦਿੰਦੇ ਆ, ਦੱਸਾਂਗੇ ਤੁਹਾਨੂੰ, ਦੱਸਣ ਲਈ ਕਾਲ ਕੀਤੀ ਆ ASI ਸਾਹਿਬ। ਹਾਂਜੀ ਹਾਂਜੀ। ਹਾਂਜੀ, ਕਿੱਥੇ ਗਈ ਆ ਬੇਟੀ? ਪੂਰਾ ਨਾਂ ਕੀ ਆ ਬੇਟੀ ਦਾ? ਅਮਰੀਕ ਕੌਰ। ਅਮਰੀਕ ਕੌਰ। ਅਮਰੀਕ ਕੌਰ, ਠੀਕ ਹੈ। ਹੁਣ ਪਤਾ ਵਾ ਉਹਦੇ ਨਾਲ ਕੀ ਟ੍ਰੈਜਡੀ ਬਣੀ ਆ ਬੇਟੀ ਤੁਹਾਡੀ? ਅਸੀਂ ਅਰੈਸਟ ਕੀਤੀ ਹੋਈ ਆ ਸਰ, ਸਾਡੀ ਕਸਟਡੀ ਚ ਹੈਗੀ ਆ। ਓਕੇ ਓਕੇ ਓਕੇ, ਕੋਈ ਨਹੀਂ, ਆ ਕੇ ਲੈ ਜਾਂਦੇ ਆ। ਕਿੱਥੇ ਆ, ਕਿਹੜੀ ਆਪਣੇ ਥਾਣੇ ਚ? ਥਾਣਾ ਨੀ ਅਸੀਂ ਦੱਸ ਸਕਦੇ ਤੁਹਾਨੂੰ। ਅੱਛਾ, ਤੇ ਸਾਨੂੰ ਕੀ ਕਰਨਾ ਪਊ ਹੁਣ? ਫਾਈਨ ਜਮਾ ਕਰਨਾ ਪੈਣਾ ਤੁਹਾਨੂੰ ਜੀ। ਕਿੰਨਾ ਕਰਾਈਏ ਜੀ? 1,00,000 ਰੁਪਈਆ। ਅੱਛਾ, ਕਿਹੜੇ ਖਾਤੇ ਚ ਪਾਈਏ? ਖਾਤਾ ਦੇ ਦਾਂਗੇ ਜੀ, ਜੇ ਕੋਈ ਮੰਗੋਗੇ ਤੇ ਤੁਸੀਂ। ਹਾਂ, ਭੇਜੋ ਨਾ ਖਾਤਾ, ਭੇਜ ਪਾਵਾਂਗੇ। ਕੁੱਤੇ ਗੁੜੀਆ ਕਿੱਥੇ ਗੱਲ ਕਰਾਓਗੇ ਗੁੜੀਆ ਨਾਲ ਮੇਰੀ? ਇਸ ਟਾਈਮ ਗੱਲ ਕਰਾ ਦਿਆਂਗੇ ਜੀ, 15 ਮਿੰਟਾਂ ਤੱਕ। ਦੇਖੋ, ਗੱਲ ਕਰਾਓਗੇ ਫੇਰ ਹੀ ਪੈਸੇ ਪਾਵਾਂਗੇ ਨਾ। ਚਾਰਜ ਬੋਲ ਰਿਹਾ SHO ਕਰਨ ਸਿੰਘ ਬੋਲ ਰਿਹਾ। ਹਾਂਜੀ ਹਾਂਜੀ, ਕਰਦੇ ਜੀ, ਕੀ ਹਾਲ ਚਾਲ ਆ? ਹਾਂਜੀ ਵਧੀਆ। ਮੈਂ ਕਹਿ ਰਿਹਾ ਜੀ, ਆਪਣੀ ਵੱਡੀ ਬੇਟੀ ਕਿੱਥੇ ਆ ਜੀ? ਹੈਲੋ ਜੀ, ਮੈਂ ਕਹਿ ਰਿਹਾ ਆਪਣੀ ਵੱਡੀ ਬੇਟੀ ਕਿੱਥੇ ਆ ਸਰ? ਘਰੇ ਹੀ ਆ ਜੀ। ਠੀਕ ਹੈ, ਗੱਲ ਹੋ ਸਕਦੀ ਹੈ ਬੇਟੀ ਨਾਲ ਆਪਣੇ ਨਾਲ? ਨਹੀਂ, ਉਹ ਪੜ੍ਹਾਉਣ ਗਈ ਆ, ਸਟੱਡੀ ਬਣਾਉਣ ਗਈ ਉਹ। ਠੀਕ ਹੈ, ਬੇਟੀ ਦਾ ਪੂਰਾ ਨਾਂ ਕੀ ਹੈ ਜੀ? ਤੁਸੀਂ ਕਿੱਥੋਂ ਬੋਲਦੇ ਹੋ? ਸਰ ਦੱਸ ਦਿੰਦੇ ਆ, ਦੱਸਾਂਗੇ ਤੁਹਾਨੂੰ, ਦੱਸਣ ਲਈ ਕਾਲ ਕੀਤੀ ਆ ASI ਸਾਹਿਬ। ਹਾਂਜੀ ਹਾਂਜੀ। ਹਾਂਜੀ, ਕਿੱਥੇ ਗਈ ਆ ਬੇਟੀ? ਪੂਰਾ ਨਾਂ ਕੀ ਆ ਬੇਟੀ ਦਾ? ਅਮਰੀਕ ਕੌਰ। ਅਮਰੀਕ ਕੌਰ। ਅਮਰੀਕ ਕੌਰ, ਠੀਕ ਹੈ। ਹੁਣ ਪਤਾ ਵਾ ਉਹਦੇ ਨਾਲ ਕੀ ਟ੍ਰੈਜਡੀ ਬਣੀ ਆ ਬੇਟੀ ਤੁਹਾਡੀ? ਅਸੀਂ ਅਰੈਸਟ ਕੀਤੀ ਹੋਈ ਆ ਸਰ, ਸਾਡੀ ਕਸਟਡੀ ਚ ਹੈਗੀ ਆ। ਓਕੇ ਓਕੇ ਓਕੇ, ਕੋਈ ਨਹੀਂ, ਆ ਕੇ ਲੈ ਜਾਂਦੇ ਆ। ਕਿੱਥੇ ਆ, ਕਿਹੜੀ ਆਪਣੇ ਥਾਣੇ ਚ? ਥਾਣਾ ਨੀ ਅਸੀਂ ਦੱਸ ਸਕਦੇ ਤੁਹਾਨੂੰ। ਅੱਛਾ, ਤੇ ਸਾਨੂੰ ਕੀ ਕਰਨਾ ਪਊ ਹੁਣ?
ਫਾਈਨ ਜਮਾ ਕਰਨਾ ਪੈਣਾ ਤੁਹਾਨੂੰ ਜੀ। ਕਿੰਨਾ ਕਰਾਈਏ ਜੀ? 1,00,000 ਰੁਪਇਆ। ਅੱਛਾ, ਕਿਹੜੇ ਖਾਤੇ ਚ ਪਾਈਏ? ਖਾਤਾ ਦੇ ਦਾਂਗੇ ਜੀ, ਜੇ ਕੋਈ ਮੰਗੋਗੇ ਤੇ ਤੁਸੀਂ। ਹਾਂ ਭੇਜੋ ਨਾ ਖਾਤਾ, ਭੇਜ ਪਾਵਾਂਗੇ। ਕੁੱਤੇ ਗੁੜੀਆ ਕਿੱਥੇ ਗੱਲ ਕਰਾਓਗੇ ਗੁੜੀਆ ਨਾਲ ਮੇਰੀ? ਇਸ ਟਾਈਮ ਗੱਲ ਕਰਾ ਦਿਆਂਗੇ ਜੀ, 15 ਮਿੰਟਾਂ ਤੱਕ। ਨਹੀਂ ਗੱਲ ਕਰਾਓਗੇ ਫੇਰ ਹੀ ਪੈਸੇ ਪਾਵਾਂਗੇ ਨਾ।